ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਸਗਨ ਢਾਬੇ ਦੇ ਬਾਹਰ ਗੱਡੀ ਰੋਟੀ ਖਾਣ ਵਾਸਤੇ ਖੜੇ ਸੀਗੇ, ਸਗਨ ਢਾਬੇ ਦੇ ਸਾਹਮਣੇ ਖੜੇ ਸੀਗੇ, ਤੇ ਉੱਥੇ ਉਹਨਾਂ ਦੇ ਜਿਹੜਾ ਗੱਡੀ ਸੀਗੀ ਉਹਦੇ ਸ਼ੀਸ਼ੇ ਤੋੜੇ ਗਏ ਪਹਿਲਾਂ ਤਾਂ, ਅਦਵਾ ਸ਼ੀਸ਼ਾ ਤੋੜਿਆ ਗਿਆ, ਸ਼ੀਸ਼ਾ ਤੋੜ ਕੇ ਇਹਦੇ ਵਿੱਚੋਂ ਕੋਈ ਸਮਾਨ ਚੋਰੀ ਕੀਤਾ ਗਿਆ ਹੈ। ਕੀ ਸਮਾਨ ਚੋਰੀ ਕੀਤਾ ਆਪਾਂ ਜਿਹੜੇ ਮਾਲਕਾਂ ਦਾ ਗੱਲ ਕਰਦੇ ਹਾਂ, ਤੇ ਪਰ ਜਿਹੜੀ ਵਾਰਦਾਤ ਜਿਹੜੀ ਹੈ ਉਹ ਬਹੁਤ ਨਿੰਦਣਯੋਗ ਹੈ, ਜਿਹੜੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ। ਤੁਹਾਡੀ ਗੱਡੀ ਹੈ? ਹਾਂਜੀ ਹਾਂਜੀ। ਕੀ ਗੱਲ ਹੋਈ ਪਲੱਸ? ਸਰ ਅਸੀਂ ਖਾਣਾ ਖਾਣ ਲਈ ਉਤਰੇ ਸੀਗੇ। ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ? ਅਸੀਂ ਟਾਂਡੇ ਤੋਂ ਰਹਿਣ ਵਾਲੇ। ਹਾਂ, ਤੇ ਅਸੀਂ ਖਾਣਾ ਖਾਣ ਉਤਰੇ ਤੇ ਦੂਸਰੀ ਸਾਈਡ ਆਪੋਜ਼ਿਟ ਗੱਡੀ ਲਗਾ ਦਿੱਤੀ ਸੀ। ਤੁਸੀਂ ਜਾਨੀ ਕਿ ਇਧਰੋਂ ਆ ਰੋਪੜ ਵੱਲੋਂ ਤੇ ਕਿਧਰੋਂ ਆ ਰਹੇ ਸੀ? ਹਾਂਜੀ, ਉਤਰੇ ਮੋਹਾਲੀ ਵੱਲੋਂ ਆ ਰਹੇ ਸੀ। ਹਾਂਜੀ, ਅੱਛਾ। ਤੇ ਅਸੀਂ ਖਾਣਾ ਖਾਣ ਉਤਰੇ ਤੇ ਜਦੋਂ ਅਸੀਂ ਅੱਧੇ ਘੰਟੇ ਬਾਅਦ ਆਏ ਆ ਤੇ ਸਾਡੀ ਗੱਡੀ ਦੇਖੀ ਤਾਂ ਵਿੱਚ ਸਮਾਨ ਹੀ ਨਹੀਂ ਹੈਗਾ। ਸਾਡੇ ਪਾਰਟਸ ਵਗੈਰਾ ਗੋਲਡ ਸੀਗਾ ਤੇ ਕੈਸ਼ ਸੀਗਾ। ਤੁਸੀਂ ਜਿਹੜੇ ਆਪ ਆਉਂਦੇ ਹੋ ਉਹ ਸੀਗਾ? ਹਾਂਜੀ, ਮੇਰੀਆਂ ਰਿੰਗਸ ਸੀਗੀਆਂ, ਮੈਂ ਨਾਈਟ ਦੀਆਂ ਐਦੀ ਉਤਾਰ ਕੇ ਰੱਖਦੀਆਂ ਸੀਗੀਆਂ, ਪਰਸ ਤੇ ਰੱਖ ਲਿਆ ਸੀਗਾ ਅਸੀਂ ਸਾਰਾ ਉਤਾਰ ਕੇ, ਕਿਉਂਕਿ ਬੱਚਿਆਂ ਦੇ ਬੈਗ ਸੀਗੇ, ਬੱਚਿਆਂ ਦੇ ਕੱਪੜੇ ਹੁੰਦੇ ਆ, ਡਾਈਪਰ ਵਗੈਰਾ, ਬੋਟਲ ਵਗੈਰਾ, ਸਾਰਾ ਕੁਝ ਉਹਦੇ ਵਿੱਚ। ਮੇਰਾ ਆਪਣਾ ਛੋਟਾ ਪਰਸ ਸੀਗਾ, ਕਲਚ ਹੁੰਦਾ ਜਿਹੜਾ, ਥੋੜਾ ਚਾਂਦੀ ਦਾ ਸੀਗਾ ਤੇ ਕੈਸ਼ ਸੀਗਾ ਅਲੱਗ ਛੋਟੇ ਪਰਸ ਚ। 50,000 ਇੱਕ ਸੀਗਾ, ਲੱਖ ਰੁਪਏ ਦਾ ਗੋਲਡ ਹੋਏਗਾ। ਲੋਕਾਂ ਨੂੰ ਕਿਆ ਪਤਾ ਸੀ ਕਿਸੇ ਨੂੰ ਵੀ ਤੁਹਾਡੇ ਗੱਡੀ ਵਿੱਚ ਇੰਨੇ ਚੀਜ਼ਾਂ? ਪੈਲਸ ਵਾਲਿਆਂ ਨੇ ਅਨਬਣ ਹੋਈ। ਸਾਢੇ ਕੁ 12 ਵਜੇ ਉਹਨਾਂ ਨੇ ਨਾ ਜਿੱਦਾਂ ਅਸੀਂ ਰੂਮ ਲਿੱਤੇ ਸੀ, ਲਾਈਟ ਕੱਟਤੀ ਸੀ। ਅੱਛਾ, ਤੇ ਮੈਂ ਤੇ ਮੇਰਾ ਵੱਡਾ ਬੇਟਾ ਅਸੀਂ ਚਲੋ ਲਾਈਟ ਫੋਨ ਦੀ ਆਉਣ ਕੀਤੀ ਲੰਮੇ ਪੇਰ, ਇਹਨਾਂ ਨੂੰ ਅਸੀਂ ਫੋਨ ਕੀਤਾ 1 ਵਜੇ, ਫਿਰ ਆਪਣੇ ਰਿਸੈਪਸ਼ਨ ਵਾਲੇ ਤੁਹਾਨੂੰ ਜੇ ਬੈਂਸੇ ਨੇ ਜਾਂ ਤਾਂ ਸਾਨੂੰ ਉਹਨਾਂ ਦਾ ਸ਼ੱਕ ਪੈਂਦਾ ਪਿਆ। ਅੱਛਾ, ਤੇ ਚਲੋ ਫਿਰ ਆਪਾਂ ਤੁਹਾਡਾ ਕਿਸੇ ਨੇ ਪਿੱਛਾ ਕੀਤਾ ਤੁਹਾਨੂੰ ਕਿਆ ਲੱਗਦਾ? ਇਦਾਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਪਿਆ। ਅਸੀਂ 10:00 ਤੇ ਆਪਣੇ 13 ਮਿੰਟ ਤੇ ਸਾਡੀ ਗੱਡੀ ਲੱਗੀ ਹੈ, ਤੇ 10:17 ਤੇ ਸਵਿਫਟ ਗੱਡੀ ਆਈ ਪਿੱਛੋਂ। ਅੱਛਾ, ਸਾਹਮਣੇ ਸੀਸੀਟੀਵੀ ਕੈਮਰਾ ਚੈੱਕ ਕਰਿਆ? ਚੈੱਕ ਕੀਤਾ ਕੈਮਰਾ, 10:17 ਤੇ ਗੱਡੀ ਆਈ ਹੈ। ਉਹਨਾਂ ਨੇ ਸਵਿਫਟ ਗੱਡੀ ਸਾਡੀ ਗੱਡੀ ਦੀ ਬਿਲਕੁਲ ਘੁਮਾ ਲਈ, ਉਹਨਾਂ ਨੇ ਗੱਡੀ ਲਾਈ ਹੈ। ਇੱਕ ਬੰਦਾ ਬੱਸ ਹੀ ਸਾਹਮਣੇ ਚੜੀ ਲੱਗੀ ਸੀ, ਇੱਕ ਬੰਦਾ ਬੱਸ ਤੇ ਖੜਾ, ਇੱਕ ਬੰਦੇ ਨੇ ਸਾਡੀ ਨਾ ਗੱਡੀ ਦੇ ਪਿਛਲਾ ਬੈਕ ਆਪਣੇ ਜਿਹੜਾ ਰਾਈਟ ਲੈਫਟ ਸਾਈਡ ਦਾ ਸ਼ੀਸ਼ਾ ਉਹਨਾਂ ਨੇ ਤੋੜਿਆ ਤੇ ਵਿੱਚ ਬਹਿ ਗਿਆ ਆਪਣਾ ਗੱਡੀ। ਪੁਲਿਸ ਨੂੰ ਤੁਸੀਂ ਕਾਰਵਾਈ ਦਿੱਤੀ? ਪੁਲਿਸ ਕਰ ਰਹੀ ਹੈ ਕੁਛ? ਸ਼ੀਸ਼ਾ ਟੁੱਟਿਆ ਏ, ਉਹਦੇ ਕੈਮਰਾ ਕੋਈ ਲੱਗਿਆ ਹੋਇਆ ਸੀਗਾ, ਉਹਦੇ ਵਿੱਚ ਕੋਈ ਕੈਮਰਾ ਉੱਥੇ ਨਹੀਂ ਸੀ ਸਾਹਮਣੇ? ਕੈਮਰਾ ਹੈਗਾ ਸੀ, ਬੰਦਾ ਆ ਰਿਹਾ ਵਿੱਚ, ਉਹਦੇ ਵਾਈਟ ਕਲਰ ਦੀ ਸ਼ਰਟ ਪਾਈ ਬੰਦੇ ਨੇ, ਗੱਡੀ ਜਿਹੜੀ ਲੱਗੀ ਹੈ। ਅੱਛਾ, ਹਾਂਜੀ ਹਾਂਜੀ, ਬੈਗ ਵੀ ਉਹਨਾਂ ਨੇ ਫੜੇ ਘੁੰਮਦੇ ਦੱਸਦੇ ਪਏ ਨੇ। ਮੈਰਿਜ ਦੇ ਵਿੱਚ ਪੈਲਸ ਦੇ ਵਿੱਚੋਂ ਤੇ ਉੱਥੇ ਹੀ ਜਾ ਕੇ ਹੁਣ ਸਿਟੀ ਪੁਲਿਸ ਨੂੰ ਜਿਹੜਾ ਕੇਸ ਹੈਂਡਲ ਕਰ ਦਿੱਤਾ ਗਿਆ, ਪਰ ਲੇਕਿਨ ਇਹ ਹੁਣ ਪੁਲਿਸ ਹੀ ਪਤਾ ਲਗਾਏਗੀ ਕਿ ਇਹਨਾਂ ਦੇ ਨਾਲ ਪਿੱਛੋਂ ਕਿਸੇ ਨੇ ਖੁੰਦ ਕੱਢੀ ਹੈ ਜਾਂ ਰੋਪੜ ਦੇ ਹੋਈ ਕਿਸੇ ਨੇ ਇਹਨਾਂ ਦੀ ਚੋਰੀ ਕੀਤੀ ਹੈ। ਪਰ ਅਸੀਂ ਇਹੀ ਕਹਾਂਗੇ ਕਿ ਕਿਸੇ ਨੂੰ ਪਤਾ ਸੀਗੇ ਇਹਨਾਂ ਦੇ ਜਿਹੜੇ ਬੈਗ ਦੇ ਵਿੱਚ ਪੈਸੇ ਆ ਜਾਂ ਗੋਲਡ ਹੈ, ਆਮ ਬੰਦੇ ਨੂੰ ਤਾਂ ਕਿਸੇ ਨੂੰ ਪਤਾ ਨਹੀਂ ਹੋ ਸਕਦਾ। ਤੇ ਹੁਣ ਬਾਕੀ ਸਮਾਨ ਨਹੀਂ ਸਰ ਕੋਈ ਛੇੜਿਆ, ਬਾਕੀ ਸਮਾਨ ਉਹਦੇ ਇਹਨਾਂ ਦੇ ਆਪਣਾ ਤਾਂ ਲੱਗਦਾ ਥੋੜੀ ਰੈਕੀ ਜਿਹੜੀ ਪਹਿਲਾਂ ਤਾਂ ਹੋ ਰਹੀ ਸੀਗੀ। ਹਾਂਜੀ ਹਾਂਜੀ, ਜਿੱਦਾਂ ਇਹਨਾਂ ਦਾ ਆਪਣਾ ਇਹਨਾਂ ਦੋਨਾਂ ਦੇ ਪਰਸ ਤੇ ਬੱਚਿਆਂ ਦੇ ਛੇੜੇ, ਬਾਕੀ ਕੋਈ ਪਿੱਛੇ ਵਾਲਾ ਸਮਾਨ ਕੋਈ ਨਹੀਂ ਛੇੜਿਆ। 50,000 ਦੱਸ ਰਹੇ ਆ, 50,000 ਕੈਸ਼ ਤੁਸੀਂ ਇਹਨਾਂ ਨਾਲ ਰੱਖੇ ਸਰ? ਇਹਨਾਂ ਦੇ ਪਰਸ ਚ ਹੁੰਦਾ, ਇਹਨਾਂ ਦੇ ਪਰਸ ਚ। ਹਾਂਜੀ, ਮੇਰੇ ਪਰਸ ਚ ਹੁੰਦਾ। ਸੁਣਿਆ ਰਹੇ
ਨਹੀਂ ਸਾਡੀ ਕਰਿਆਨੇ ਦੀ ਸ਼ੋਪ ਹੈ, ਅਸੀਂ ਆਪਣੇ ਜਲੰਧਰ ਪੇਮੈਂਟ ਕਰਨੀ ਥੋੜੀ, ਬਾਕੀ ਤੇ ਕੈਸ਼ ਮੇਰੇ ਜੇਬ ਚ ਇਸ ਟਾਈਮ ਵੀ ਪਏ ਆ। ਅੱਛਾ, ਅਸੀਂ ਥੋੜੀ ਆਪਣੀ ਮੰਡੀ ਪੇਮੈਂਟ ਕਰਨੀ ਸੀਗੀ ਤੇ ਥੋੜਾ ਮੇਰੇ ਕੋਲ ਹੁੰਦਾ ਕਿਉਂਕਿ ਮੈਂ ਥੋੜੇ ਬਹੁਤ ਆਪਣੀ ਜੇਬ ਚ ਪਾ ਲਿਆ। ਚਲੋ ਬਾਰੇ ਜੀ ਦਿਆ ਬਚ ਗਿਆ, ਮੈਂ ਮਾਰਨਿੰਗ ਉਤਾਰ ਕੇ ਰਾਤੀ ਰੱਖ ਦਿੱਤਾ ਸੀਗਾ ਬਸ ਚ ਕੇ ਬੱਚਿਆਂ ਦੇ ਚੁੱਭ ਰਿਹਾ ਸੀਗਾ ਰਿੰਗਸ ਵਗੈਰਾ। ਤਿੰਨ ਮੇਰੀਆਂ ਰਿੰਗਸ ਸੀਗੀਆਂ ਤੇ 50,000 ਕੈਸ਼ ਸੀ। ਇੱਕ ਸੈਪਰੇਟ ਪਰਸ ਸੀਗਾ ਉਹਦੇ ਵਿੱਚ ਚਾਂਦੀ ਦਾ ਥੋੜਾ ਜਿਹਾ ਸਮਾਨ ਸੀ ਤੇ 8-10,000 ਰੁਪਇਆ ਕੈਸ਼ ਸੀਗਾ। ਠੀਕ ਹੈ, ਬਿਲਕੁਲ ਜੀ। ਹੁਣ ਪੁਲਿਸ ਜਿਹੜੀ ਹੈ ਕਾਰਵਾਈ ਕਰ ਰਹੀ ਹੈ, ਦੇਖਦੇ ਜਿਹੜੀ ਵੀ ਕੋਈ ਕਾਰਵਾਈ ਸਾਹਮਣੇ ਆਉਂਦੀ ਆਪਾਂ ਤੁਹਾਨੂੰ ਜ਼ਰੂਰ ਸੂਚਨਾ ਦੇਵਾਂਗੇ। ਧੰਨਵਾਦ ਜੀ। ਇੱਕ